हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਮਲਟੀਪਲ ਹੈਲਥ ਵਰਕਰ ਐਗਜ਼ਾਮ ਦੇ ਸੰਬੰਧ ਦੇ ਵਿੱਚ ਕਿਉਂਕਿ ਬਹੁਤ ਸਾਰੇ ਕਮੈਂਟ ਅਤੇ ਮੈਸੇजेस ਮੈਨੂੰ ਆ ਰਹੇ ਨੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਲ ਦੀ ਨਾਲ ਰਿਕਵੈਸਟ ਹੈ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਦਬ ਲਵੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰੋ ਸੋ ਜ਼ਿਆਦਾ ਟਾਈਮ ਆਪਾਂ ਤੁਹਾਡਾ ਵੇਸਟ ਨਹੀਂ ਕਰਨਾ ਹੈਗਾ ਸੋ ਸਭ ਤੋਂ ਜ਼ਿਆਦਾ ਜਿਹੜੇ ਮੈਨੂੰ ਕਮੈਂਟ ਆ ਰਹੇ ਨੇਗੇ ਜਾਂ ਫਿਰ ਇੰਸਟਾ ਦੇ ਉੱਤੇ ਮੈਸੇਜ ਆ ਰਹੇ ਆ ਬੱਚਿਆਂ ਦੇ ਜਿਨ੍ਹਾਂ ਨੇ 7 ਤਰੀਕ ਨੂੰ ਮਲਟੀਪਲ ਹੈਲਥ ਵਰਕਰ ਐਗਜ਼ਾਮ ਦਾ ਐਗਜ਼ਾਮ ਦਿੱਤਾ ਸੀਗਾ ਕਿ ਕੀ ਪੇਪਰ ਕੈਨਸਲ ਹੋ ਗਿਆ ਆ ਜਾਂ ਇਹਦੇ ਤੇ ਰਿੱਟ ਲੱਗੀ ਆ ਹਾਂਜੀ ਇਹ ਪੇਪਰ ਆ ਜਿਹੜਾ ਇਹ ਕੈਨਸਲ ਨਹੀਂ ਹੋਇਆ ਹੈਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਆਫੀਸ਼ੀਅਲ ਵੈਬਸਾਈਟ ਤੇ ਆ ਇਦਾਂ ਦਾ ਕੋਈ ਵੀ ਨੋਟੀਫਿਕੇਸ਼ਨ ਹਾਲੇ ਤੱਕ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਜਿੱਦਾਂ ਆਪਾਂ ਸਕਰੋਲ ਨੂੰ ਥੋੜੀ ਜੀ ਡਾਊਨ ਕਰਾਂਗੇ ਆ ਦੇਖੋ ਇੱਥੇ ਮਲਟੀਪਲ ਹੈਲਥ ਵਰਕਰ ਦੇ ਸੰਬੰਧ ਦੇ ਵਿੱਚ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਹੋਇਆ ਹੈਗਾ ਤੇ ਇਸ ਕਰਕੇ ਪੇਪਰ ਕੈਨਸਲ ਇੰਨੀ ਜਲਦੀ ਨਹੀਂ ਹੁੰਦਾ ਹੁੰਦਾ ਸੋ ਤੁਸੀਂ ਵੇਟ ਕਰੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਆ ਜਿਹੜੀ ਉਹ ਹੋਊਗੀ ਬੁਲਾ ਲਿਆ ਜਾਊਗਾ ਨੋਟੀਫਿਕੇਸ਼ਨ ਬਕਾਇਦਾ ਆਊਗਾ ਜੇ ਰੈਟਵੀ ਲੱਗੀ ਆ ਜਾਂ ਕੁਝ ਹੋਰ ਕੁਝ ਹੋਰ ਵੀ ਕੁਝ ਵੀ ਹੋਇਆ ਬਾ ਤਾਂ ਵੀ ਇਹ ਜਿਹੜੀ ਇਹਨਾਂ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਆ ਦੀ ਅਫੀਸ਼ੀਅਲ ਵੈਬਸਾਈਟ ਆ ਤਾਂ ਇਹਦੇ ਤੇ ਨੋਟੀਫਿਕੇਸ਼ਨ ਜ਼ਰੂਰ ਦਿੰਦੇ ਹੁੰਦੇ ਨੇ ਸੋ ਤੁਸੀਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਹੈਗਾ ਕਿ ਪੇਪਰ ਕੈਨਸਲ ਹੋ ਗਿਆ ਜੀ ਜਾਂ ਕੁਝ ਹੋਰ ਹੋ ਗਿਆ ਸੋ ਪੇਪਰ ਕੈਨਸਲ ਨਹੀਂ ਹੋਇਆ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਜਿੱਦਾਂ ਹੀ ਕੋਈ ਨੋਟੀਫਿਕੇਸ਼ਨ ਆਉਂਦਾ ਵਾ ਵੈਰੀਫਿਕੇਸ਼ਨ ਦੇ ਸਬੰਧ ਦੇ ਵਿੱਚ ਤਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਇਨਫੋਰਮ ਕਰ ਦਵਾਂਗੇ ਬਾਕੀ ਇਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਇਹਦੇ ਤੇ ਤੁਸੀਂ ਰੈਗੂਲਰ ਵਿਜ਼ਿਟ ਕਰਦੇ ਰਿਹਾ ਕਰੋ ਲਿੰਕ ਨੋਟ ਕਰ ਲਵੋ www.bfuhs.ac.in ਠੀਕ ਹੈ ਸੋ ਇਸ ਤੇ ਰੈਗੂਲਰ ਵਿਜ਼ਿਟ ਕਰਦੇ ਰਹਾ ਕਰੋ ਇਤੇ ਤੇ ਹੀ ਤੁਹਾਨੂੰ ਪਤਾ ਲੱਗ ਜਾਣਾ ਵਾ ਜਦੋਂ ਇਹਨਾਂ ਨੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਉਣਾ ਵਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਮੀਦ ਹੈ ਵੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਿਹੜੇ ਕੈਂਡੀਡੇਟ ਐ ਉਹ ਬੁਲਾ ਲੈ ਜਾਣਗੇ ਸੌਰੀ ਸੋ ਤੁਸੀਂ ਜਿਹੜੀ ਆ ਇਹ ਗੱਲ ਉੱਡੀ ਆ ਕਿ ਪੇਪਰ ਕੈਨਸਲ ਹੋ ਗਿਆ ਸੋ ਹਾਲੇ ਤੱਕ ਆਫੀਸ਼ੀਅਲੀ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਇਹਦੇ ਸਬੰਧ ਦੇ ਵਿੱਚ ਸੋ ਇਹ ਅਫਵਾਹਾਂ ਨੇ ਇਹਨਾਂ ਤੇ ਯਕੀਨ ਨਹੀਂ ਕਰਨਾ ਹੈਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਦਾ ਜਿੱਦਾਂ ਹੀ ਕੋਈ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਸੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਨਵੀਂ ਅਤੇ ਲੇਟੈਸਟ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ